ਨਸ਼ਿਆਂ ਦੇ ਖਿਲਾਫ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ। ਮੌਤ ਵੰਡਦੀ ਸ਼ਰਾਬ, ਜ਼ਹਿਰੀਲੀ ਸ਼ਰਾਬ ਦਾ ਕਹਿਰ। ਸੀਐਮ ਸਿਟੀ ਸੇਫ ਨਹੀਂ। ਜੀ ਹਾਂ, ਸਹੀ ਸੁਣਿਆ ਤੁਸੀਂ, ਸੱਤਾ ਮੈਂ ਆਏ ਥੇ ਨਸ਼ੇ ਦੂਰ ਕਰਨੇ, ਲੇਕਿਨ ਸੱਤਾ ਕੇ ਨਸ਼ੇ ਮੇਂ ਹੀ ਮਗਰੂਰ ਹੋ ਗਏ। ਹਮੇ ਨਹੀਂ ਖਿਆਲ ਸ਼ਹਿਰ ਮੇਂ ਕਿਆ ਹੋ ਰਹਾ, ਹਮ ਤੋ ਇਸ ਸ਼ਹਿਰ ਸੇ ਬੜੀ ਦੂਰ ਹੋ ਗਏ। ਇਹ ਸਤਰਾਂ ਇੱਥੇ ਬਖੂਬੀ ਟੁੱਕਦੀਆਂ ਨੇ। ਪਹਿਲਾਂ ਇਹ ਤਸਵੀਰਾਂ ਵੇਖੋ, ਸਟ੍ਰੈਚਰ 'ਤੇ ਪਏ ਹੈ ਲੋਕ, ਚਿੱਟੇ ਕੱਪੜਿਆਂ 'ਚ ਬੰਨੀਆਂ ਲਾਸ਼ਾਂ, ਮਾਵਾਂ ਭੈਣਾਂ ਵੈਨ ਪਾ ਰਹੀਆਂ ਨੇ। ਤਸਵੀਰਾਂ ਕਿਧਰੋਂ ਹੋਰ ਨਹੀਂ ਸਗੋਂ ਸੰਗਰੂਰ। ਜੀ ਹਾਂ, ਸੀਐਮ ਸਿਟੀ ਸੰਗਰੂਰ ਦੀਆਂ ਨੇ, ਜਿੱਥੇ ਜ਼ਹਿਰੀਲੀ ਸ਼ਰਾਬ ਦਾ ਕਹਿਰ ਵੇਖਣ ਨੂੰ ਮਿਲਿਆ। ਇਸ ਸ਼ਰਾਬ ਨੇ ਇੱਕ ਇੱਕ ਕਰਕੇ 8 ਘਰਾਂ ਦੇ ਚਿਰਾਗ ਬੁਝਾ ਦਿੱਤੇ। ਕਰੀਬ 10 ਲੋਕ ਹਾਲੇ ਵੀ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਨੇ। ਪਿੰਡ ਗੁੱਜਰਾਂ ਅਤੇ ਪਿੰਡ ਢੰਡੋਲੀ ਤੋਂ ਸਵੇਰੇ ਸਵੇਰੇ ਖਬਰ ਆਈ ਕਿ ਜ਼ਹਿਰੀਲੀ ਸ਼ਰਾਬ ਕਾਰਨ ਕੁਝ ਲੋਕਾਂ ਦੀ ਹਾਲਤ ਵਿਗੜ ਰਹੀ ਹੈ। ਕੁਝ ਸਮੇਂ ਬਾਅਦ ਹੀ ਵਿਗੜੀ ਹਾਲਤ ਮੌਤਾਂ 'ਚ ਤਬਦੀਲ ਹੋਣੀ ਸ਼ੁਰੂ ਹੋ ਗਈ। ਸ਼ਾਮ ਹੁੰਦਿਆਂ ਹੁੰਦਿਆਂ ਇਹਨਾਂ ਨੂੰ ਸੰਗਰੂਰ ਦੇ ਹਸਪਤਾਲ ਤੋਂ ਰਜਿੰਦਰਾ ਹਸਪਤਾਲ ਵੀ ਰੈਫਰ ਕਰ ਦਿੱਤਾ ਗਿਆ। ਕੁਝ ਲੋਕ ਹੁਣ ਤੱਕ ਮੌਤ ਦੇ ਮੂੰਹ 'ਚ ਸਮਾ ਚੁੱਕੇ ਸੀ, ਜਦਕਿ ਕੁਝ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ। ਬਹੁਤ ਇਹ ਬੜਬੜ ਖਾ ਰਿਹਾ, ਫਿਕਰ ਵੀ ਇਹ ਜਵਾਕਾਂ ਦਾ ਬਣੂਗੀ, ਇਹ ਪਰਿਵਾਰ ਦਾ ਬਣੂਗਾ ਕੀ, ਇਹਦਾ ਤੁਰ ਗਏ ਹੋਰ ਨਾ ਤੁਰ ਜਾਣ ਜਿਹੜੇ ਹਸਪਤਾਲ 'ਚ ਦਾਖਲ ਪਏ ਨੇ। ਇਹ 'ਚ ਵੀ ਜਿੰਨਾ ਇਹ ਮੈਨੂੰ ਐਂ ਲੱਗਦਾ ਵੀ ਪ੍ਰਸ਼ਾਸਨ ਦਾ ਅਤੇ ਸਰਕਾਰ ਦਾ ਮੈਨੂੰ ਲੱਗਦਾ ਨਾਲ ਹੱਥੇ ਆਉਣਾ, ਕਿਉਂ ਜਿਹੜਾ ਇੱਕ ਇੱਥੋਂ ਕੋਈ ਬੰਦਾ ਫੜ ਲੈਂਦੇ ਨੇ, ਉਦੋਂ ਪਹਿਲਾਂ ਫੋਨ ਵਗ ਜਾਂਦਾ ਮੰਤਰੀ, ਫਿਰ ਮੰਤਰੀ ਕਹਿੰਦੇ ਨੇ ਜੀ ਛੱਡ ਦਿਓ ਬੰਦਾ ਸਾਡਾ। ਉੱਧਰ ਬੁੱਧਵਾਰ ਨੂੰ SIT ਤਾਂ ਬਣਾ ਦਿੱਤੀ ਗਈ, ਪਰ ਵੀਰਵਾਰ ਨੂੰ ਪੁਲਿਸ ਨੇ ਪਹਿਲਾਂ ਐਕਸ਼ਨ ਵੀ ਕੀਤਾ, 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਨਕਲੀ ਸ਼ਰਾਬ ਬਣਾਉਣ ਵਾਲੀ ਸਮੱਗਰੀ ਵੀ ਬਰਾਮਦ ਕਰ ਲਈ। ਇਹ 'ਚ ਦੋਸ਼ੀਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ, ਬਾਕੀ ਅੱਜ ਜੋ ਅਗਲੀ ਤਫਤੀਸ਼ ਹੈ ਹੋਰ ਵੀ ਤੱਤ ਸਾਹਮਣੇ ਆਉਣਗੇ ਤਾਂ ਉਹ ਵੀ ਅਮਲ ਵਿੱਚ ਲਿਆਂਦੀ ਜਾ। ਸੀਐਮ ਦੇ ਸ਼ਹਿਰ 'ਚ ਹੀ ਇਸ ਤਰ੍ਹਾਂ ਜ਼ਹਿਰੀਲੀ ਨਕਲੀ ਸ਼ਰਾਬ ਵਿਕੇ ਤਾਂ ਫਿਰ ਸਵਾਲ ਖੜ੍ਹੇ ਹੋਣੇ ਲਾਜ਼ਮੀ ਨੇ। ਅੱਜ ਹਾਲਾਤ ਇਹ ਜੇ ਹੈ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ 'ਚ ਜਾਲੀ ਸ਼ਰਾਬ ਵਿਕੀ ਜਾਂਦੀ ਹੈ ਅਤੇ ਜਾਲੀ ਸ਼ਰਾਬ ਦੇ ਕਿੰਨੀਆਂ ਮੌਤਾਂ ਹੋ ਗਈਆਂ ਤਾਂ ਮੁੱਖ ਮੰਤਰੀ ਨੂੰ ਕੋਈ ਫਿਕਰ ਨਹੀਂ। ਲੋਕ ਹੜ੍ਹਾਂ ਨਾਲ ਬੜਾ ਨੁਕਸਾਨ ਹੋਇਆ, ਕੋਈ ਮੁਆਵਜ਼ਾ ਨਹੀਂ। ਗੜਿਆਂ ਨਾਲ ਹੋਇਆ, ਕੋਈ ਮੁਆਵਜ਼ਾ ਨਹੀਂ। ਆਪਣੀ ਦਵਾਈਆਂ ਗਲਤ ਫੜੀਆਂ ਗਈਆਂ, ਕੋਈ ਉਹਨੂੰ ਫਿਕਰ ਨਹੀਂ। ਹਾਲਾਤ ਇਹ ਜੇ ਬਣ ਗਏ ਪੰਜਾਬ 'ਚ ਕਿ ਐਂ ਲੱਗਦਾ ਕਿ ਮੁੱਖ ਮੰਤਰੀ ਕੋਈ ਸਰਕਾਰ ਹੀ ਹੈ ਨਹੀਂ। ਸਭ ਤੋਂ ਨਿਕੰਮਾ ਬੰਦਾ ਆਏਗਾ ਆਪਣਾ ਭਗਵੰਤ ਮਾਨ, ਇਕੱਲਾ ਲੁੱਟਣ ਵਾਸਤੇ ਆਏ ਆ। ਕੇਜਰੀਵਾਲ ਦਾ ਹੁਕਮ ਮੰਨਣ, ਜੋ ਕੇਜਰੀਵਾਲ ਕਹਿੰਦਾ ਉਹ ਹੀ ਕਰਦੇ, ਇੱਥੇ ਹੁਣ ਕੋਈ ਫਿਕਰ ਪੰਜਾਬ ਦਾ ਨਹੀਂ। ਸਵਾਲ ਇੱਥੇ ਇਹ ਵੀ ਉੱਠਦਾ ਹੈ ਕਿ ਇਹ ਸ਼ਰਾਬ ਕੌਣ ਬਣਾ ਰਿਹਾ ਸੀ, ਕਿਸ ਦੇ ਕਹਿਣ 'ਤੇ ਸ਼ਰਾਬ ਬਣਾਈ ਜਾ ਰਹੀ ਸੀ ਅਤੇ ਹੋਰ ਕਿੱਥੇ ਕਿੱਥੇ ਇਹ ਜ਼ਹਿਰੀਲੀ ਸ਼ਰਾਬ ਸਪਲਾਈ ਹੁੰਦੀ ਸੀ। ਚੋਣਾਂ 'ਚ ਇੱਕ ਵਾਅਦਾ ਤਾਂ ਕੀਤਾ ਜਾਂਦਾ ਕਿ ਨਸ਼ੇ ਖਤਮ ਕਰ ਦਾਂਗੇ, ਪਰ ਨਸ਼ੇ ਤਾਂ ਖਤਮ ਨਹੀਂ ਹੁੰਦੇ, ਨਸ਼ੇ ਕਰਨ ਵਾਲੇ ਜ਼ਰੂਰ ਖਤਮ ਹੁੰਦੇ ਜਾ ਰਹੇ। PTC ਨਿਊਜ਼ ਲਈ ਸੰਗਰੂਰ ਤੋਂ ਗੁਰਦਰਸ਼ਨ ਸਿੰਘ ਦੀ ਰਿਪੋਰਟ।